ਦੋਸਤੋ ਮੇਰੇ ਚੈਨਲ ਦੇ ਉੱਤੇ ਤੁਹਾਡਾ ਸਵਾਗਤ ਹੈ ਬੋਰਡ ਪ੍ਰੀਖਿਆ ਦੇ ਵਿੱਚ ਪਹਿਲੇ 15 ਮਿੰਟ ਤੁਹਾਨੂੰ ਇੱਕ OMR ਸ਼ੀਟ ਤੇ ਉਸ ਤੋਂ ਨੈਕਸਟ ਪੇਜ ਜਿਹੜਾ ਹੈ ਉਹ ਫਿਲ ਕਰਨ ਦੇ ਲਈ 15 ਮਿੰਟ ਜਿਹੜੇ ਨੇ ਉਹ ਦਿੱਤੇ ਜਾਂਦੇ ਨੇ ਅੱਜ ਦੀ ਇਸ ਵੀਡੀਓ ਦੇ ਵਿੱਚ ਅਸੀਂ ਇੱਕ OMR ਸ਼ੀਟ ਫਿਲ ਕਰਕੇ ਦੇਖਾਂਗੇ ਤੇ ਜਾਣਾਂਗੇ ਕਿ ਕੀ ਕੀ ਸਾਨੂੰ ਇਸ OMR ਸ਼ੀਟ ਦੇ ਵਿੱਚ ਪੁੱਛਿਆ ਜਾਂਦਾ ਹੈ ਅਤੇ ਚੈੱਕ ਕਰਾਂਗੇ ਕਿ ਕੀ 15 ਮਿੰਟ ਕਾਫੀ ਨੇ ਇਸ OMR ਸ਼ੀਟ ਨੂੰ ਭਰਨ ਦੇ ਲਈ ਜਾਂ ਅਸੀਂ ਹੋਰ ਵੀ ਘੱਟ ਸਮੇਂ ਦੇ ਵਿੱਚ ਇਸ ਸ਼ੀਟ ਨੂੰ ਫਿਲ ਕਰ ਸਕਦੇ ਹਾਂ ਦੋਸਤੋ ਜੇਕਰ ਤੁਸੀਂ ਅਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੈ ਪਲੀਜ਼ ਸਬਸਕ੍ਰਾਈਬ ਮਾਈ ਚੈਨਲ ਤਾਂ ਕਿ ਤੁਹਾਨੂੰ ਲੇਟੈਸਟ ਵੀਡੀਓਜ਼ ਤੇ ਰੈਗੂਲਰ ਅਪਡੇਟਸ ਜੁਨੇ ਹੋ ਮਿਲਦੇ ਰਹਿਣ ਦੋਸਤੋ ਜੇਕਰ ਤੁਸੀਂ ਚਾਹੁੰਦੇ ਹੋ ਕਿ ਪੇਪਰ ਦੇ ਵਿੱਚ ਤੁਹਾਡਾ ਜਿਹੜਾ ਸਮਾਂ ਹੈ ਉਹ ਇਸ OMR ਸ਼ੀਟ ਨੂੰ ਭਰਨ ਦੇ ਲਈ ਖਰਾਬ ਨਾ ਹੋਵੇ ਤੇ 15 ਮਿੰਟ ਦੇ ਵਿੱਚ ਵਿੱਚ ਤੁਸੀਂ ਇਹ ਸ਼ੀਟ ਨੂੰ ਭਰ ਲਓ ਉਸ ਦੇ ਲਈ ਤੁਸੀਂ ਵੀਡੀਓ ਨੂੰ ਅੰਤ ਤੱਕ ਪਲੀਜ਼ ਜ਼ਰੂਰ ਦੇਖੋ ਸਭ ਤੋਂ ਪਹਿਲਾਂ ਅਸੀਂ ਲੈਫਟ ਹੈਂਡ ਸਾਈਡ ਦਾ ਜਿਹੜਾ ਸੈਕਸ਼ਨ ਹੈ ਉਹ ਅਸੀਂ ਫਿਲ ਕਰਦੇ ਹਾਂ ਸੋ ਇਸ ਦੇ ਵਿੱਚ ਤੁਹਾਨੂੰ ਸਭ ਤੋਂ ਪਹਿਲਾਂ ਜਿਹੜਾ ਪੁੱਛਿਆ ਗਿਆ ਹੈ ਸਬਜੈਕਟ ਵਿਸ਼ਾ ਕਿ ਭਾਅ ਤੁਹਾਡਾ ਅੱਜ ਦਾ ਜਿਹੜਾ ਪੇਪਰ ਹੈ ਉਹ ਕਿਸ ਵਿਸ਼ੇ ਦਾ ਹੈ ਸਪੋਜ਼ ਸਾਇੰਸ ਹੈ ਅੱਜ ਦਾ ਪੇਪਰ ਤੁਹਾਡਾ ਤਾਂ ਇੱਥੇ ਅਸੀਂ ਫਿਲ ਕਰਦੇ ਹਾਂ ਸਾਇੰਸ ਦੂਸਰਾ ਕਾਲਮ ਹੈ ਪ੍ਰੀਖਿਆ ਦਾ ਦਿਨ ਅਤੇ ਮਿਤੀ ਮੰਨ ਲਓ 29 ਅਪ੍ਰੈਲ 2021 ਨੂੰ ਤੁਹਾਡਾ ਜਿਹੜਾ ਇਹ ਸਾਇੰਸ ਦਾ ਪੇਪਰ ਹੈ ਤੇ ਇਸ ਦਾ ਦਿਨ ਹੈ ਵੀਰਵਾਰ ਤਾਂ ਤੁਸੀਂ ਇੱਥੇ ਜਿਹੜਾ ਇਹ ਵੀਰਵਾਰ ਨਾਲ ਮੈਂਸ਼ਨ ਕਰ ਦੇਣਾ ਡੇਟ ਦੇ ਵੀਰਵਾਰ ਨੈਕਸਟ ਕਾਲਮ ਜੋ ਹੈ ਉਹ ਹੈ ਤੁਹਾਡਾ ਮੀਡੀਅਮ ਉੱਤਰ ਦੇਣ ਦਾ ਮਾਧਿਅਮ ਜਿਹੜਾ ਤੁਸੀਂ ਉੱਤਰ ਦੇਣਾ ਹੈ ਸਾਇੰਸ ਦਾ ਉਹ ਕਿਸ ਭਾਸ਼ਾ ਦੇ ਵਿੱਚ ਦੇਣਾ ਹੈ ਪੰਜਾਬੀ ਹਿੰਦੀ ਜਾਂ ਇੰਗਲਿਸ਼ ਦੇ ਵਿੱਚ ਸਪੋਸ ਤੁਹਾਡਾ ਮੀਡੀਅਮ ਕੀ ਹੈ ਪੰਜਾਬੀ ਤੇ ਨੈਕਸਟ ਹੈ ਪ੍ਰਸ਼ਨ ਪੱਤਰ ਦੇ ਉੱਪਰ ਲਿਖਿਆ ਕੋਡ ਇਹ ਜਿਹੜਾ ਕੋਡ ਹੈ ਇਹ ਤੁਹਾਨੂੰ ਸ਼ੁਰੂ ਦੇ ਵਿੱਚ ਨਹੀਂ ਪਤਾ ਹੋਏਗਾ ਏ ਬੀ ਸੀ ਸੈਕਸ਼ਨ ਜਿਹੜਾ ਇਹ ਉਹ ਨਹੀਂ ਪਤਾ ਤੁਹਾਨੂੰ ਉਹ ਪੇਪਰ ਮਿਲਣ ਤੋਂ ਬਾਅਦ ਹੀ ਪਤਾ ਲੱਗਣਾ ਹੈ ਪਰ ਜਿਹੜਾ ਕੋਡ ਹੈ ਸਬਜੈਕਟ ਦਾ ਉਹ ਤੁਹਾਡੇ ਜਿਹੜਾ ਤੁਹਾਡਾ ਰੋਲ ਨੰਬਰ ਹੈ ਉਸ ਦੇ ਉੱਪਰ ਲਿਖਿਆ ਹੋਇਆ ਹੋਏਗਾ ਜੇਕਰ ਤੁਹਾਡੇ ਕੋਲ ਰੋਲ ਨੰਬਰ ਉਸ ਟਾਈਮ ਨਹੀਂ ਹੈ ਜਾਂ ਤੁਹਾਨੂੰ ਨਹੀਂ ਪਤਾ ਕੋਡ ਦਾ ਤਾਂ ਤੁਸੀਂ ਕੁਐਸਚਨ ਪੇਪਰ ਮਿਲਣ ਤੋਂ ਬਾਅਦ ਇਹ ਕਾਲਮ ਫਿਲ ਕਰ ਸਕਦੇ ਹੋ ਨੈਕਸਟ ਕਾਲਮ ਹੈ ਫਿਜ਼ੀਕਲੀ ਚੈਲੈਂਜਡ ਸਟੂਡੈਂਟਸ ਦੇ ਲਈ ਸੋ ਸਾਡੇ ਮੋਸਟਲੀ ਸਟੂਡੈਂਟ ਜਿਹੜੇ ਨੇ ਉਹ ਫਿੱਟ ਨੇ ਤਾਂ ਇਹਦੇ ਵਿੱਚ ਤੁਹਾਨੂੰ ਕੋਈ ਟਿਕ ਕਰਨ ਦੀ ਲੋੜ ਨਹੀਂ ਹੈ ਜੇਕਰ ਤੁਹਾਨੂੰ ਕੋਈ ਲੇਖਕ ਉਪਲਬਧ ਕਰਾਇਆ ਗਿਆ ਹੈ ਤਾਂ ਐਸ ਲਿਖਣਾ ਹੈ ਜੇਕਰ ਨਹੀਂ ਕਰਾਇਆ ਗਿਆ ਤਾਂ ਇੱਥੇ ਤੁਸੀਂ ਨੋ ਲਿਖ ਦੇਣਾ ਹੈ ਇਸ ਤੋਂ ਬਾਅਦ ਅਸੀਂ ਚੱਲਦੇ ਹਾਂ ਓਐਮਆਰ ਸ਼ੀਟ ਵੱਲ ਸੋ ਫਰਸਟ ਕਾਲਮ ਜਿਹੜਾ ਤੁਸੀਂ ਫਿਲ ਕਰਨਾ ਹੈ ਉਹ ਹੈ ਤੁਹਾਡਾ ਰੋਲ ਨੰਬਰ ਸੋ ਇਹ 10 ਅੰਕਾਂ ਦਾ ਰੋਲ ਨੰਬਰ ਹੈ ਤੁਹਾਡਾ 2021 ਤਾਂ 21 ਤੋਂ ਸਟਾਰਟ ਹੋਏਗਾ 2 1 1 0 10th ਕਲਾਸ ਤਾਂ 5 7 9 2 1 5 ਸਪੋਜ਼ ਇਹ ਮੈਂ ਕੋਈ ਆਰਬਿਟਰਰੀ ਆਪਣਾ ਰੋਲ ਨੰਬਰ ਜਿਹੜਾ ਹੈ ਸਿਲੈਕਟ ਕਰ ਲਿਆ ਹੈ ਤਾਂ ਇਹਨਾਂ ਦੇ ਕੋਰਸਪੋਂਡਿੰਗ ਮੈਂ نیچے ਸੇਮ ਜਿਹੜੇ ਬਾਕਸ ਨੇ ਉਹਨਾਂ ਨੂੰ ਮੈਂ ਡਾਰਕ ਕਰਨਾ ਹੈ ਕੰਪਲੀਟਲੀ ਡਾਰਕ ਜਾਂ ਤਾਂ ਬਲੈਕ ਬਾਲ ਪੁਆਇੰਟ ਪੈਨ ਦੇ ਨਾਲ ਇਹਾਂ ਬਲੂ ਦੇ ਨਾਲ ਸਕੇਲ ਯੂਜ਼ ਕਰ ਸਕਦੇ ਆ ਆਪਾਂ ਉਹਦੇ ਨਾਲ ਸਾਡਾ ਈਜ਼ੀ ਹੋ ਜਾਏਗਾ ਸਾਡੀ ਕੋਈ ਮਿਸਟੇਕ ਨਹੀਂ ਹੋਏਗੀ ਤਾਂ ਜੋ ਸਕੇਲ ਹੈ ਉਹ ਬਿਲਕੁਲ ਸਿੱਧਾ ਸਾਨੂੰ ਲਾਈਨ ਦੇ ਵਿੱਚ 7 ਦੇ ਅੱਗੇ 7 9 ਦੇ ਅੱਗੇ 9 2 ਦੇ ਅੱਗੇ 2 ਸਿੰਪਲ ਛੋਟੇ ਛੋਟੇ ਡਾਟ ਲਾ ਲੈਨੇ ਆਪਾਂ ਤੇ ਕੰਪਲੀਟਲੀ ਡਾਰਕ ਅਸੀਂ ਬਾਅਦ ਚ ਕਰ ਲਾਂਗੇ ਤਾਂ ਇੱਥੇ ਸਾਨੂੰ ਆਸਾਨੀ ਹੋ ਗਈ ਹੈ 2 1 1 0 7 9 2 1 5 ਇਹਨਾਂ ਸਾਰਿਆਂ ਨੂੰ ਅਸੀਂ ਕੰਪਲੀਟਲੀ ਡਾਰਕ ਕਰ ਦੇਣਾ ਹੈ ਸਰਕਲ ਕਰ ਦੇਣਾ ਹੈ ਤਾਂ ਤੁਹਾਨੂੰ ਪੁੱਛਿਆ ਜਾਂਦਾ ਇਸ ਦੇ ਵਿੱਚ ਤੁਹਾਡਾ ਨੇਮ ਸੋ ਨੇਮ ਸਪੋਜ਼ ਕੋਈ ਕੁਲਵਿੰਦਰ ਸਿੰਘ ਲੈ ਲੈਂਦੇ ਆਪਾਂ ਕੇ ਯੂ ਐਲ ਜੋ ਕੁਲਵਿੰਦਰ ਹੈ ਉਸਤੇ ਕੁਲਵਿੰਦਰ ਤੇ ਸਿੰਘ ਇਹ ਦੋ ਸਾਡੇ ਸਪੈਲਿੰਗ ਨੇ ਦੋ ਅਲੱਗ-ਅਲੱਗ ਪਾਰਟ ਨੇ ਤਾਂ ਇਹਨਾਂ ਦੇ ਵਿਚਕਾਰ ਅਸੀਂ ਇੱਕ ਬਾਕਸ ਜਿਹੜਾ ਹੈ ਨਾ ਉਹ ਖਾਲੀ ਛੱਡਣਾ ਹੈ ਸੋ ਐਸ i n g h ਜਿੰਨੇ ਵੀ ਤੁਹਾਡੇ ਪਾਰਟ ਨੇ ਨੇਮ ਦੇ ਉਹਨਾਂ ਸਾਰਿਆਂ ਦੇ ਵਿਚਕਾਰ ਅਸੀਂ ਇੱਕ ਇੱਕ ਬਾਕਸ ਜ਼ਰੂਰ ਖਾਲੀ ਛੱਡਦੇ ਹਾਂ ਸੋ ਇੱਥੇ ਵੀ ਅਸੀਂ ਸਕੇਲ ਯੂਜ਼ ਕਰ ਲੈਣੇ ਆ ਕਿ ਦੇ ਅੱਗੇ ਕਿ ਕਿਉਂਕਿ ਸਾਡੇ ਪਾਸ ਅਲਫਾਬੈਟ ਜਿਹੜੇ ਨੇ ਉਹ 26 ਨੇ ਤਾਂ ਬੜੀ ਲੰਬੀ ਲਾਈਨ ਹੁੰਦੀ ਹੈ ਤਾਂ ਕਿ ਕੋਈ ਤੁਹਾਡੀ ਗਲਤੀ ਨਾ ਹੋਵੇ ਤਾਂ ਇੱਥੇ ਸਕੇਲ ਤੁਹਾਨੂੰ ਯੂਜ਼ ਕਰ ਲੈਣਾ ਚਾਹੀਦਾ ਹੈ ਡਾਇਰੈਕਟ ਸਾਹਮਣੇ ਸਾਹਮਣੇ ਲਾਈਨ ਦੇ ਸੋ w ਦੇ ਸਾਹਮਣੇ w i ਦੇ ਸਾਹਮਣੇ i n ਦੇ ਅੱਗੇ ਅਸੀਂ ਇਹਨਾਂ ਨੂੰ ਸਰਕਲ ਕਰ ਦਿੰਨੇ ਆ ਡਾਟ ਲਗਾ ਦਿੰਨੇ ਆ d ਦੇ ਅੱਗੇ d ਇਸੇ ਤਰ੍ਹਾਂ e ਦੇ ਅੱਗੇ e ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਜਿਹੜਾ ਸਰਕਲ ਕਰਨਾ ਹੈ ਅਸੀਂ ਇਸ ਨੂੰ ਪੂਰਾ ਡਾਰਕ ਕਰਨਾ ਹੈ ਕਰਾਸ ਨਹੀਂ ਕਰਨਾ ਟਿਕ ਨਹੀਂ ਕਰਨਾ ਟੋਟਲੀ ਕੰਪਲੀਟਲੀ ਡਾਰਕ ਕਰਨਾ ਹੈ ਤਾਂ ਸਟਾਰਟਿੰਗ ਦੇ ਵਿੱਚ ਅਸੀਂ ਡਾਟਸ ਲੈ ਲੈਣੇ ਆ ਤੇ ਬਾਅਦ ਦੇ ਵਿੱਚ ਨਾ ਸਾਰਿਆਂ ਨੂੰ ਇਕੱਠਾ ਹੀ ਅਸੀਂ ਡਾਰਕ ਕਰ ਦੇਵਾਂਗੇ ਤੇ ਜੇਕਰ ਤੁਸੀਂ ਇਦਾਂ ਕਰਦੇ ਹੋ ਕਿ ਤਾਂ ਤੁਹਾਡੀ ਗਲਤੀ ਦੇ ਚਾਂਸਸ ਜਿਹੜੇ ਨੇ ਘਟ ਜਾਂਦੇ ਨੇ ਦੂਸਰਾ ਤੁਹਾਡਾ ਟਾਈਮ ਜਿਹੜਾ ਹੈ ਉਹ ਬਚਦਾ ਹੈ ਇੰਨੀ ਤੁਹਾਨੂੰ ਨਿਗਾ ਨਹੀਂ ਲਗਾਣੀ ਪੈਂਦੀ ਆਈ ਸਾਈਟ ਨਹੀਂ ਯੂਜ਼ ਕਰਨੀ ਪੈਂਦੀ ਤਾਂ ਸਾਰਿਆਂ ਨੂੰ ਅਸੀਂ ਫਟਾਫਟ ਜਿਹੜਾ ਇਹ ਡਾਰਕ ਕਰ ਦਨੇ ਆ ਸਰਕਲ ਕਰ ਦਨੇ ਆ ਕੰਪਲੀਟ ਸੋ ਇਹ ਤੁਹਾਡਾ ਜਿਹੜਾ ਨੇਮ ਹੈ ਦੂਸਰੀ ਜਿਹੜੀ ਤੁਹਾਡੀ ਜਾਣਕਾਰੀ ਮੰਗੀ ਗਈ ਹੈ ਓਐਮਆਰ ਸ਼ੀਟ ਦੇ ਵਿੱਚ ਉਹ ਤੁਹਾਡੀ ਫਿਲ ਹੋ ਜੇਗੀ ਸੋ ਤੁਸੀਂ ਦੇਖੋਗੇ ਕਿ ਅਸੀਂ ਜਿਹੜੀ ਇਹ ਓਐਮਆਰ ਸ਼ੀਟ ਹੈ ਹਾਰdਲੀ 10 ਮਿੰਟ ਦੇ ਵਿੱਚ ਵਿੱਚ ਫਿਲ ਕਰ ਲੈਣੀ ਹੈ ਇਹ ਤੁਹਾਡਾ ਦੂਸਰਾ ਸੈਕਸ਼ਨ ਜਿਹੜਾ ਇਹ ਉਹ ਕੰਪਲੀਟ ਹੋ ਗਿਆ ਏ ਇਸ ਤੋਂ ਬਾਅਦ ਗੱਲ ਕਰਦੇ ਆ ਸੈਕਸ਼ਨ ਤੀਸਰੇ ਦੀ ਇਸ ਦੇ ਵਿੱਚ ਤੁਹਾਨੂੰ ਪ੍ਰਸ਼ਨ ਪੱਤਰ ਕੋਡ ਤਾਂ ਪ੍ਰਸ਼ਨ ਪੱਤਰ ਤਿੰਨ ਤਰ੍ਹਾਂ ਦਾ ਹੁੰਦਾ ਏ A B ਜਾਂ C ਸੋ ਇਹ ਤੁਸੀਂ ਇੱਥੇ ਨਹੀਂ ਫਿਲ ਕਰ ਸਕਦੇ ਜੇ ਜਦੋਂ ਤੱਕ ਤੁਹਾਨੂੰ ਕੁਐਸਚਨ ਪੇਪਰ ਜਿਹੜਾ ਉਹ ਮਿਲ ਨਹੀਂ ਜਾਂਦਾ ਸੋ ਇਸ ਨੂੰ ਤੁਸੀਂ ਲੇਟਰ ਸਟੇਜ ਤੇ ਬਾਅਦ ਵਿੱਚ ਫਿਲ ਕਰ ਸਕਦੇ ਹੋ ਸਬਜੈਕਟ ਕੋਡ ਜਿਹੜਾ ਉਹ ਤੁਹਾਡੇ ਰੋਲ ਨੰਬਰ ਦੇ ਉੱਪਰ ਹੁੰਦਾ ਏ ਜਾਂ इवन ਜਿਹੜਾ ਤੁਹਾਡਾ ਕੁਐਸਚਨ ਪੇਪਰ ਹੈ ਉਸ ਦੇ ਉੱਪਰ ਵੀ ਹੁੰਦਾ ਏ ਇੱਥੇ ਅਸੀਂ ਆਲਰੇਡੀ ਕੁਐਸਚਨ ਜਿਹੜਾ ਕੋਡ ਹੈ ਸਬਜੈਕਟ ਕੋਡ ਹੈ ਉਹ ਅਸੀਂ ਲੈ ਕੇ ਚੱਲੇ ਆਂ ਸਾਇੰਸ ਦਾ ਤਾਂ ਉਹ ਅਸੀਂ ਫਿਲ ਕਰ ਸਕਦੇ ਆਂ ਅਦਰਵਾਈਜ਼ ਤੁਸੀਂ ਕੁਐਸਚਨ ਪੇਪਰ ਮਿਲਣ ਤੋਂ ਬਾਅਦ ਇਹਨੂੰ ਫਿਲ ਕਰ ਸਕਦੇ ਹੋ ਸੋ 0 ਦੇ ਅੱਗੇ 0 ਸਰਕਲ ਕਰ ਦਿੰਨੇ ਆ ਤੇ 9 ਦੇ ਅੱਗੇ ਅਸੀਂ 9 ਜਿਹੜਾ ਹੈ ਉਸ ਨੂੰ ਕੰਪਲੀਟਲੀ ਸਰਕਲ ਕਰ ਦਿੰਨੇ ਆ ਤੇ ਪੰਜਵਾਂ ਜਿਹੜਾ ਤੁਹਾਡਾ ਜੋ ਤੁਹਾਨੂੰ ਪੁੱਛਿਆ ਜਾਂਦਾ ਹੈ ਉਹ ਹੈ ਤੁਹਾਡਾ ਸੈਂਟਰ ਕੋਡ ਸੋ ਇਹ ਤੁਹਾਡੇ ਰੋਲ ਨੰਬਰ ਦੇ ਉੱਪਰ ਵੀ ਹੁੰਦਾ ਏ ਜਾਂ ਤੁਹਾਨੂੰ ਤੁਹਾਡੇ ਸੁਪਰਡੈਂਟ ਵੱਲੋਂ ਜੋ ਕੇਂਦਰ ਸੁਪਰਡੈਂਟ ਹੈ ਉਹ ਤੁਹਾਨੂੰ ਪ੍ਰੋਵਾਈਡ ਕਰ ਦਿੰਦੇ ਨੇ ਜੋ ਸਟਾਫ ਹੈ ਉੱਥੇ ਤੁਹਾਡੇ ਮੌਜੂਦ ਹੈ ਸੋ ਮੈਂ ਇੱਕ ਆਰਬਿਟਰਰੀ ਕੋਈ ਵੀ ਕੋਡ ਫਿਲ ਕਰ ਲਿਆ 32576 ਸੋ 3 ਦੇ ਅੱਗੇ 3 2 ਦੇ ਅੱਗੇ 2 ਇਸੇ ਤਰ੍ਹਾਂ 576 ਦੇ ਅੱਗੇ 6 ਜਿਹੜਾ ਹੈ ਅਸੀਂ ਕੰਪਲੀਟਲੀ ਡਾਰਕ ਕਰ ਦੇਣਾ ਹੈ ਸੋ ਇਸ ਤੋਂ ਬਾਅਦ ਗੱਲ ਕਰਦੇ ਹਾਂ ਅਸੀਂ ਨੈਕਸਟ ਡੇਟਾ ਜਿਹੜਾ ਤੁਹਾਨੂੰ ਪੁੱਛਿਆ ਜਾਂਦਾ ਹੈ ਉਹ ਹੈ ਤੁਹਾਡਾ ਰੋਲ ਨੰਬਰ ਜਿਹੜਾ ਹੈ ਉਸ ਨੂੰ ਅਸੀਂ ਸ਼ਬਦਾਂ ਦੇ ਵਿੱਚ ਲਿਖਣਾ ਹੈ ਰੋਲ ਨੰਬਰ ਇਨ ਵਰਡਸ ਚਾਹੇ ਤੁਸੀਂ ਇੰਗਲਿਸ਼ ਦੇ ਸ਼ਬਦ ਯੂਜ਼ ਕਰ ਸਕਦੇ ਹੋ ਚਾਹੇ ਪੰਜਾਬੀ ਦੇ ਸੋ ਅਸੀਂ ਪੰਜਾਬੀ ਦੇ ਵਿੱਚ ਲਿਖ ਰਹੇ ਹਾਂ ਇਕੱਲੇ ਇਕੱਲੇ ਅੰਕ ਦਾ ਨਾਮ ਲਿਖਣਾ ਹੈ 2 1 1 0 ਤੁਸੀਂ ਇੰਗਲਿਸ਼ ਵੀ ਯੂਜ਼ ਕਰ ਸਕਦੇ ਹੋ 2 1 1 0 ਉਹ ਵੀ ਸਹੀ ਹੈ 5 7 ਸੋ ਇਸੇਰੇ ਤੱਕ ਤੁਸੀਂ ਲਿਖਦੇ ਚਲੇ ਜਾਣਾ ਹੈ ਤੇ ਇਹ ਲਿਖਣ ਤੋਂ ਬਾਅਦ ਤੁਹਾਡਾ ਜਿਹੜਾ ਨੈਕਸਟ ਕਾਲਮ ਹੈ ਉਹ ਹੈ ਤੁਹਾਡਾ ਫਾਦਰਜ਼ ਨੇਮ ਪਿਤਾ ਦਾ ਨਾਮ ਸੋ ਇਸ ਦੇ ਵਿੱਚ ਤੁਸੀਂ ਆਪਣੇ ਪਿਤਾ ਦਾ ਨਾਮ ਸਰਦਾਰ ਜੋ ਵੀ ਤੁਹਾਡੇ ਫਾਦਰ ਸਾਹਿਬ ਦਾ ਨਾਮ ਹੈ ਉਹ ਤੁਸੀਂ ਇੱਥੇ ਫਿਲ ਕਰ ਦੇਣਾ ਹੈ ਨੈਕਸਟ ਤੁਹਾਡੇ ਸਾਈਨ ਨੇ ਹਸਤਾਖਰ ਉਹ ਚਾਹੇ ਤੁਸੀਂ ਪੰਜਾਬੀ ਇੰਗਲਿਸ਼ ਜਿਸ ਵੀ ਭਾਸ਼ਾ ਦੇ ਵਿੱਚ ਕਰਦੇ ਹੋ ਤੁਸੀਂ ਆਪਣੇ ਇੱਥੇ ਸਾਈਨ ਜਿਹੜੇ ਨੇ ਉਹ ਕਰ ਦੇਣੇ ਨੇ ਸੋ ਨੈਕਸਟ ਪੇਜ ਓ ਐਮ ਆਰ ਸ਼ੀਟ ਤੋਂ ਬਾਅਦ ਇੱਕ ਪੇਜ ਹੋਰ ਹੈ ਜਿਹੜਾ ਤੁਹਾਨੂੰ ਫਿਲ ਕਰਨਾ ਪੈਂਦਾ ਹੈ ਇਮੀਡੀਏਟ ਨੈਕਸਟ ਪੇਜ ਉੱਪਰ ਵੀ ਜਿਹੜੀ ਇਨਫੋਰਮੇਸ਼ਨ ਹੈ ਉਹ ਆਲਮੋਸਟ ਲੈਫਟ ਸਾਈਡ ਜਿਹੜਾ ਕਾਲਮ ਸੀ ਉਹਦੇ ਵਰਗੀ ਹੋਇਆ ਸੋ ਪਹਿਲਾ ਤੁਹਾਡਾ ਇਹ ਪ੍ਰਸ਼ਨ ਪੱਤਰ ਦਾ ਕੋਡ ਸੋ ABC ਤੁਹਾਨੂੰ ਬਾਅਦ ਵਿੱਚ ਪਤਾ ਚੱਲੇਗਾ ਕੁਐਸਚਨ ਪੇਪਰ ਮਿਲਣ ਤੋਂ ਬਾਅਦ ਕੱਲਾ ਤੁਸੀਂ ਸਬਜੈਕਟ ਕੋਡ ਫਿਲ ਕਰ ਸਕਦੇ ਹੋ ਜਿਵੇਂ 09 ਅਸੀਂ ਸ਼ੁਰੂ ਦੇ ਵਿੱਚ ਫਿਲ ਕਰ ਚੁੱਕੇ ਹਾਂ ਉਹ ਅਸੀਂ ਲੈ ਲੈ ਲਏ ਨੇ ਟੈਂਪੋਰਰੀਲੀ ਸਪੋਜ਼ ਮੈਨੂੰ A ਸੈੱਟ ਮਿਲਿਆ ਹੈ ਤਾਂ ਮੈਂ A ਯੂਜ਼ ਕਰ ਲੈਣਾ ਇੱਥੇ ਦੂਸਰਾ ਹੈ ਪ੍ਰੀਖਿਆ ਦਾ ਨਾਮ ਨੇਮ ਆਫ ਦਾ ਐਗਜ਼ਾਮੀਨੇਸ਼ਨ ਸੋ ਇਹ ਸਾਡੇ ਪਾਸ ਸਲਾਨਾ ਬੋਰਡ ਪ੍ਰੀਖਿਆ ਐਨੂਅਲ ਬੋਰਡ ਐਗਜ਼ਾਮੀਨੇਸ਼ਨ ਲਿਖ ਸਕਦੇ ਆਸੀਂ ਇੰਗਲਿਸ਼ ਦੇ ਵਿੱਚ ਤੇ ਨੀਚੇ ਕਲਾਸ ਜਮਾਤ ਸਾਡੀ ਹੈ 10ਵੀਂ ਜਾਂ ਅਸੀਂ ਇਸ ਨੂੰ ਮੈਟ੍ਰਿਕ ਵੀ ਯੂਜ਼ ਕਰ ਸਕਦੇ ਹਾਂ ਜੇਕਰ ਤੁਹਾਡੀ ਬੋਰਡ 10ਵੀਂ ਦੀ ਕਿ 12ਵੀਂ ਦੀ ਕਲਾਸ ਹੈ ਤਾਂ ਤੁਸੀਂ 12ਵੀਂ ਯੂਜ਼ ਕਰ ਸਕਦੇ ਹੋ ਪਲੱਸ 2 ਨੈਕਸਟ ਸਾਡੇ ਪਾਸ ਸਬਜੈਕਟ ਸਬਜੈਕਟ ਸਾਇੰਸ ਪ੍ਰੀਖਿਆ ਦਾ ਦਿਨ ਅਤੇ ਮਿਤੀ ਅਸੀਂ ਫਰਸਟ ਕਾਲਮ ਦੇ ਵਿੱਚ ਵੀ ਫਿਲ ਕੀਤੀ ਹੈ ਸੋ ਸਾਡੇ ਪਾਸ 29 4 2021 ਤੇ ਦਿਨ ਸੀ ਵੀਰਵਾਰ ਇਸੇ ਤਰ੍ਹਾਂ ਉੱਤਰ ਦੇਣ ਦਾ ਮਾਧਿਅਮ ਸਾਡੇ ਪਾਸ ਕੀ ਹੈ ਪੰਜਾਬੀ ਤੇ ਬਾਕੀ ਸਾਰੇ ਸੈਕਸ਼ਨ ਜਿਹੜੇ ਨੇ ਸਾਡੇ ਪਾਸ ਉਹ ਫਰਸਟ ਪੇਜ ਵਾਲੇ ਨੇ ਸਵਾਏ ਕਲਾਸ ਤੇ ਨੇਮ ਆਫ ਦਾ ਐਗਜ਼ਾਮੀਨੇਸ਼ਨ ਦੇ ਸੋ ਡਾਟਾ ਤੁਸੀਂ ਈਜ਼ੀਲੀ ਫਿਲ ਕਰ ਲੋਗੇ ਤੁਸੀਂ ਇਥੋਂ ਸਹਿਜ ਹੀ ਅੰਦਾਜ਼ਾ ਲਗਾ ਸਕਦੇ ਹੋ ਕਿ ਜਿਹੜੀ ਅਸੀਂ ਇਹ ਸ਼ੀਟ ਹੈ ਉਹ ਲਗਭਗ 8 ਜਾਂ 9 ਮਿੰਟ ਦੇ ਵਿੱਚ ਕੰਪਲੀਟ ਕਰ ਲਈਏ ਕਿਉਂਕਿ ਅਸੀਂ ਹੋਰ ਗੱਲਾਂ ਵੀ ਕਰਦੇ ਰਹੇ ਹਾਂ ਵਿੱਚ ਤੇ 15 ਮਿੰਟ ਜਿਹੜੇ ਨੇ ਉਹ ਸਫੀਸ਼ੀਐਂਟ ਨੇ ਓਐਮਆਰ ਸ਼ੀਟ ਤੇ ਬਾਕੀ ਦੇ ਡਾਟੇ ਨੂੰ ਫਿਲ ਕਰਨ ਦੇ ਲਈ ਨੈਕਸਟ ਪਾਰਟ ਦੇ ਵਿੱਚ ਅਸੀਂ ਗੱਲ ਕਰਾਂਗੇ ਕਿ ਤੁਸੀਂ ਅਟੈਂਡੈਂਸ ਚਾਰਟ ਦੇ ਉੱਪਰ ਅਟੈਂਡੈਂਸ ਲਗਾਉਣ ਦੇ ਸਮੇਂ ਕਿਹੜੀ-ਕਿਹੜੀ ਇਨਫੋਰਮੇਸ਼ਨ ਜਿਹੜੀ ਹੈ ਉਸ ਕਾਲਮ ਦੇ ਪਰਫਾਰਮੇ ਦੇ ਵਿੱਚ ਫਿਲ ਕਰਨੀ ਹੈ ਜੋ ਤੁਹਾਨੂੰ ਤੁਹਾਡਾ ਜਿਹੜਾ ਮੌਕੇ ਤੇ ਟੀਚਰ ਡਿਊਟੀ ਤੇ ਆ ਉਹ ਤੁਹਾਨੂੰ ਦਿੰਦਾ ਇਹ ਫਿਲ ਕਰਨ ਦੇ ਲਈ ਦੋਸਤੋ ਜੇਕਰ ਤੁਹਾਡੇ ਲਈ ਜਾਣਕਾਰੀ ਜਾਂ ਇਹ ਵੀਡੀਓ ਲਾਭਦਾਇਕ ਲੱਗਦੀ ਹੈ ਤੁਹਾਨੂੰ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਤੇ ਜੇ ਉਹ ਵੀ ਤੁਹਾਡੀ ਫੀਡਬੈਕ ਹੈ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਪਲੀਜ਼ ਕਮੈਂਟ ਜ਼ਰੂਰ ਕਰੋ ਸੋ ਜਿਹੜੀ ਤੁਸੀਂ ਸਕਰੀਨ ਦੇ ਉੱਪਰ ਇੱਕ ਸ਼ੀਟ ਦੇਖ ਰਹੇ ਹੋ ਐਦਾਂ ਦੀ ਸ਼ੀਟ ਤੁਹਾਨੂੰ ਅਟੈਂਡੈਂਸ ਮਾਰਕ ਕਰਨ ਦੇ ਲਈ ਦਿੱਤੀ ਜਾਂਦੀ ਹੈ ਜਿਸ ਦੇ ਵਿੱਚ ਲੈਫਟ ਸਾਈਡ ਤੇ ਤੁਹਾਡਾ ਨਾਂ ਤੁਹਾਡਾ ਰੋਲ ਨੰਬਰ ਤੁਹਾਡੀ ਫੋਟੋ ਹੁੰਦੀ ਹੈ ਤੇ ਤੁਸੀਂ ਡੇਟ ਦੇ ਸਾਹਮਣੇ ਜੋ ਡੇਟ ਲਿਖੀ ਹੈ ਉਸ ਦੇ ਵਿੱਚ ਆਪਣੀ ਅਟੈਂਡੈਂਸ ਲਗਾਣੀ ਹੁੰਦੀ ਹੈ ਉਸ ਦੇ ਵਾਸਤੇ ਤੁਸੀਂ ਇਸ ਕਾਲਮ ਦੇ ਵਿੱਚ ਸ਼ੀਟ ਦਾ ਨਾ ਇੱਕ ਸੀਰੀਅਲ ਨੰਬਰ ਹੁੰਦਾ ਹੈ ਜੋ ਤੁਹਾਡੇ ਪਾਸ ਸ਼ੀਟ ਹੈ ਵੋਟ ਦੀ ਉਸ ਦੀ ਓਐਮਆਰ ਜਿਹੜੀ ਸ਼ੀਟ ਹੈ ਉੱਥੇ ਨੀਚਲੀ ਸਾਈਡ ਇੱਕ ਸੀਰੀਅਲ ਨੰਬਰ ਲੱਗਿਆ ਹੁੰਦਾ ਹੈ ਉਹ ਤੁਸੀਂ ਇਸ ਬਾਕਸ ਦੇ ਵਿੱਚ ਫਿਲ ਕਰਨਾ ਹੈ ਤੁਸੀਂ ਜੋ ਮੈਂ ਲਿਖਿਆ ਨਾ ਸ਼ੀਟ ਸੀਰੀਅਲ ਨੰਬਰ ਉਹ ਸਿਰਫ ਤੁਹਾਨੂੰ ਦੱਸਣ ਦੇ ਲਈ ਹੈ ਕਿ ਫਿੱਲ ਕੀ ਕਰਨਾ ਉੱਥੇ ਲਿਖਣਾ ਨਹੀਂ ਹੈ ਸਿੰਪਲੀ ਤੁਸੀਂ 2021 ਜਿਸ ਤਰ੍ਹਾਂ ਮੈਂ ਕੋਈ ਆਰਬਿਟਰਰੀ ਸੀਰੀਅਲ ਨੰਬਰ ਲਿਖਦਾ ਏ ਉਹ ਲਿਖਣਾ ਹੈ ਦੂਸਰਾ ਤੁਸੀਂ ਦੱਸਣਾ ਹੈ ਕਿ ਤੁਹਾਡੇ ਪਾਸ ਕਿਹੜਾ ਸੈੱਟ ਹੈ A B ਜਾਂ C ਇਹ ਪੇਪਰ ਦੇ ਤਰ੍ਹਾਂ ਤੁਹਾਨੂੰ ਭਰਨ ਲਈ ਦਿੱਤੀ ਜਾਏਗੀ ਤੇ ਤੀਸਰਾ ਤੁਸੀਂ ਇਸ ਦੇ ਵਿੱਚ ਆਪਣੇ ਸਾਈਨ ਕਰਨੇ ਨੇ ਤਾਂ ਕਿ ਤੁਹਾਡੀ ਜਿਹੜੀ ਅਟੈਂਡੈਂਸ ਹੈ ਉਹ ਮਾਰਕ ਹੋ ਜਾਏ ਸੋ ਇਹ ਤਿੰਨੇ ਚੀਜ਼ਾਂ ਤੁਸੀਂ ਇਸ ਬਾਕਸ ਦੇ ਵਿੱਚ ਫਿੱਲ ਕਰਨੀਆਂ ਨੇ ਨੈਕਸਟ ਕਾਲਮ ਨੈਕਸਟ ਸਟੂਡੈਂਟ ਦਾ ਹੋਏਗਾ ਬੱਚੇ ਅਕਸਰ ਆਪਣੇ ਕਾਲਮ ਦੇ ਵਿੱਚ ਸਾਈਨ ਨਾ ਕਰਕੇ ਕਿਸੇ ਦੂਸਰੇ ਦਾ ਬਾਕਸ ਜਿਹੜਾ ਉਹ ਫਿਲ ਕਰ ਦਿੰਦੇ ਨੇ ਇਸ ਇਸ ਦੇ ਨਾਲ ਸਟਾਫ ਨੂੰ ਥੋੜੀ ਜੀ ਸਮੱਸਿਆ ਪੇਸ਼ ਆਉਂਦੀ ਹੈ ਸੋ ਧਿਆਨ ਰੱਖਣਾ ਹੈ ਕਿ ਫਸਟ ਸ਼ੀਟ ਦਾ ਸੀਰੀਅਲ ਨੰਬਰ ਜੋ ਕਿ OMR ਸ਼ੀਟ ਦੇ ਉੱਪਰ ਹੈ ਦੂਸਰਾ ਸੈੱਟ ਦਾ ਕੋਡ ਤੇ ਤੀਸਰੇ ਤੁਹਾਡੇ ਸਾਈਨ ਇਹ ਤਿੰਨੋਂ ਚੀਜ਼ਾਂ ਜਿਹੜੀਆਂ ਨੇ ਤੁਸੀਂ ਉਸ ਸ਼ੀਟ ਦੇ ਉੱਪਰ ਫਿਲ ਕਰਨੀਆਂ ਨੇ ਹਸਤਾਖਰ ਚਾੜ ਦੇ ਉੱਪਰ ਫਿਲ ਕਰਨੀਆਂ ਨੇ ਉਮੀਦ ਹੈ ਦੋਸਤੋ ਤੁਹਾਨੂੰ ਵੀਡੀਓ ਜਿਹੜੀ ਹੈ ਉਹ ਪਸੰਦ ਆਈ ਹੋਏਗੀ ਤੁਹਾਡੇ ਵਾਸਤੇ ਜਾਣਕਾਰੀ ਭਰਪੂਰ ਹੋਏਗੀ ਜੇਕਰ ਵੀਡੀਓ ਅੱਛੀ ਲੱਗੀ ਤਾਂ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੇਕਰ ਤੁਹਾਡੀ ਕੋਈ ਵੀ ਕੁਇਰੀ ਹੈ ਜਾਂ ਫੀਡਬੈਕ ਹੈ ਤਾਂ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਕਮੈਂਟ ਜ਼ਰੂਰ ਕਰੋ ਹੋਰ ਵੀ ਵਧੇਰੇ ਵੀਡੀਓਜ਼ ਦੇ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਚੈਨਲ ਤੇ ਆਉਣ ਲਈ ਧੰਨਵਾਦ